ਖਬਰ ਜੁੜੀ ਹੈ ਅਮਰੀਕਾ ਦੇ ਨਾਲ। ਅਮਰੀਕਾ ਤੋਂ ਇੱਕ ਬੀਤੇ ਦਿਨ ਖਬਰ ਆਈ ਜਿਹੜੀ ਕਿ ਵੱਖ ਵੱਖ ਮਾਧਿਅਮ ਦੇ ਜ਼ਰੀਏ ਲੋਕਾਂ ਤੱਕ ਪਹੁੰਚੀ, ਉਹ ਸੀ ਗੋਲਡੀ ਬਰਾੜ ਦੇ ਬਾਰੇ। ਗੈਂਗਸਟਰ ਗੋਲਡੀ ਬਰਾੜ, ਜਿਸ ਦਾ ਮੰਨਿਆ ਜਾਂਦਾ ਹੈ ਕਿ ਉਸਨੇ ਸ਼ਰਨ ਅਮਰੀਕਾ ਦੇ ਇੱਕ ਸਥਾਨ ਦੇ ਵਿੱਚ ਲਈ ਹੋਈ ਹੈ, ਤਾਂ ਪਹਿਲਾਂ ਖਬਰਾਂ ਇਹ ਛਪੀਆਂ ਕਿ ਇੱਕ ਹਮਲਾ ਹੋਇਆ ਦੋ ਵਿਅਕਤੀਆਂ ਦੇ ਉੱਤੇ, ਜਿਸ ਦੇ ਵਿੱਚ ਇੱਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਇੱਕ ਦਾ ਕਤਲ ਹੋ ਗਿਆ। ਜਿਸ ਦਾ ਕਤਲ ਹੋਇਆ ਉਹ ਗੋਲਡੀ ਬਰਾੜ ਦੱਸਿਆ ਗਿਆ। ਅਮਰੀਕਾ ਦੀ ਇੱਕ ਵੈਬਸਾਈਟ ਦੇ ਵਿੱਚ ਛਪੀ ਖਬਰ ਨੇ ਬਾਕੀ ਸਾਰਿਆਂ ਪਾਸੇ ਸੂਚਨਾ ਉਸੇ ਆਧਾਰ ਦੇ ਉੱਤੇ ਆ ਜਿਹੜੀ ਉਹ ਪ੍ਰਸਾਰਿਤ ਹੋਣ ਲੱਗੀ ਵੱਖ ਵੱਖ ਵੈਬ ਚੈਨਲਾਂ ਵਿੱਚ, ਖਾਸ ਕਰਕੇ ਪੰਜਾਬੀ ਖਬਰਾਂ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਗੱਲ ਸੁਣੀ ਹੋਵੇਗੀ। ਪਰ ਉਸ ਤੋਂ ਬਾਅਦ ਇੱਕ ਨਵਾਂ ਮੋੜ ਆ ਜਾਂਦਾ। ਨਵਾਂ ਮੋੜ ਕਿਵੇਂ ਆਉਂਦਾ? ਕਿਉਂਕਿ ਭਾਰਤ ਸਰਕਾਰ ਨੇ ਤਾਂ ਇਸ ਦੇ ਬਾਰੇ ਨਾ ਹਾਂ ਕੀਤੀ ਨਾ ਕੀਤੀ, ਔਰ ਨਾ ਹੀ ਇਸ ਦੇ ਬਾਰੇ ਕੋਈ ਸੂਚਨਾ ਅਧਿਕਾਰਤ ਤੌਰ ਦੇ ਉੱਤੇ ਸਾਂਝੀ ਕੀਤੀ। ਪਰ ਅਮਰੀਕਾ ਪੁਲਿਸ ਨੇ ਜਦੋਂ ਇਹ ਸਾਰੇ ਪਾਸੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਗੋਲਡੀ ਬਰਾੜ ਦੇ ਬਾਰੇ ਜਾਣਿਆ ਜਾਂਦਾ ਸੀ ਜਾਂ ਖਾਸ ਕਰਕੇ ਪੰਜਾਬੀ ਕਮਿਊਨਿਟੀ ਵੱਸਦੀ ਹੈ, ਕਿਉਂਕਿ ਸਿੱਧੂ ਮੂਸੇਵਾਲਾ ਕਾਂਡ ਤੋਂ ਬਾਅਦ ਗੋਲਡੀ ਬਰਾੜ ਦਾ ਨਾਮ ਇਸ ਢੰਗ ਦੇ ਨਾਲ ਉੱਭਰ ਕੇ ਸਾਹਮਣੇ ਆਇਆ, ਕਿਉਂਕਿ ਉਸਨੇ ਖੁਦ ਇੱਕ ਪੱਤਰਕਾਰ ਦੇ ਨਾਲ ਇੰਟਰਵਿਊ ਦਿੰਦਿਆਂ ਹੋਇਆਂ ਇਹ ਗੱਲ ਕਬੂਲੀ ਸੀ ਕਿ ਉਸਨੇ ਹੀ ਸਿੱਧੂ ਮੂਸੇਵਾਲੇ ਦਾ ਕਤਲ ਕਰਾਇਆ। ਜਿਸ ਤੋਂ ਬਾਅਦ ਗੋਲਡੀ ਬਰਾੜ ਦਾ ਨਾਮ ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ ਉਹ ਜਾਣਨ ਲੱਗੇ, ਔਰ ਗੈਂਗਸਟਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਗੈਂਗ, ਇਹ ਸਾਰੇ ਇੱਕੋ ਜਿਹੜੇ ਗੈਂਗ ਦਾ ਹਿੱਸਾ ਨੇ। ਤਾਂ ਗੋਲਡੀ ਬਰਾੜ ਹਾਲੇ ਬੇਸ਼ੱਕ ਨਹੀਂ ਫੜਿਆ ਗਿਆ, ਹਾਲਾਂਕਿ ਮੁੱਖ ਮੰਤਰੀ ਪੰਜਾਬ ਨੇ ਦਾਅਵਾ ਕੀਤਾ ਸੀ ਗੁਜਰਾਤ ਚੋਣ ਪ੍ਰਚਾਰ ਦੇ ਵੇਲੇ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ ਅਤੇ ਜਲਦੀ ਹੀ ਇੰਡੀਆ ਲਿਆਂਦਾ ਜਾਵੇਗਾ ਇੱਕ ਪ੍ਰਕਿਰਿਆ ਦੇ ਤਹਿਤ। ਪਰ ਉਸ ਤੋਂ ਬਾਅਦ ਕੋਈ ਉਗ ਸੁੱਗ ਨਹੀਂ ਮਿਲੀ ਅਤੇ ਨਾ ਹੀ ਇਸ ਦੇ ਬਾਰੇ ਕਦੇ ਫਿਰ ਪੰਜਾਬ ਸਰਕਾਰ ਵੱਲੋਂ ਅਤੇ ਨਾ ਹੀ ਪੰਜਾਬ ਪੁਲਿਸ ਦੇ ਵੱਲੋਂ ਕਦੇ ਗੱਲ ਕੀਤੀ ਗਈ। ਔਰ ਭਾਰਤ ਸਰਕਾਰ ਨੇ ਵੀ ਇਸ ਦੇ ਬਾਰੇ ਕੋਈ ਇਹ ਜ਼ਰੂਰ ਕਿਹਾ, ਭਰੋਸਾ ਦਵਾਇਆ ਸੀ ਕਿ ਜਲਦੀ ਹੀ ਇਸ ਨੂੰ ਕਾਰਵਾਈ ਨੂੰ ਪੂਰਾ ਕੀਤਾ ਜਾਵੇਗਾ, ਪਰ ਹਾਲੇ ਤੱਕ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਜਿੱਥੋਂ ਤੱਕ ਰਹੀ ਗੱਲ ਗੋਲਡੀ ਬਰਾੜ ਦੇ ਕਤਲ ਦੇ ਨਾਲ ਜੁੜੀ ਜਾਣਕਾਰੀ, ਪਰ ਉਸ ਕਥਿਤ ਕਤਲ ਦੇ ਬਾਰੇ ਖਬਰਾਂ ਤਾਂ ਪ੍ਰਕਾਸ਼ਿਤ ਹੋ ਗਈਆਂ, ਪਰ ਹੁਣ ਨਵਾਂ ਮੋੜ ਇਹ ਆਇਆ ਕਿ ਜਦੋਂ ਇਹ ਸਾਰੇ ਪਾਸੇ ਸੂਚਨਾ ਜਿਹੜੀ ਹੈ ਉਹ ਫੈਲਣ ਲੱਗੀ ਤਾਂ ਫਿਰ ਅਮਰੀਕਾ ਪੁਲਿਸ ਨੇ ਦਾਅਵਾ ਕੀਤਾ ਕਿ ਉਹ ਗੋਲਡੀ ਬਰਾੜ ਨਹੀਂ ਸੀ। ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਗੋਲਡੀ ਬਰਾੜ ਹਾਲੇ ਵੀ ਜਿੰਦਾ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਕਈ ਖਬਰਾਂ ਨੇ ਜਿਹੜੀਆਂ, ਕਿਉਂਕਿ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਇੱਕ ਦੇਸ਼ ਦੇ ਵਿੱਚ ਕਿਉਂਕਿ ਕੋਈ ਵੱਡਾ ਹਾਈ ਪ੍ਰੋਫਾਈਲ ਕੇਸ ਹੋਵੇ, ਉਸ ਦੇ ਨਾਲ ਨਾਮ ਜੁੜਿਆ ਹੋਵੇ ਅਤੇ ਜਿਸ ਨਾਲ ਸੰਬੰਧਿਤ ਥਾਂ ਹੁੰਦਾ, ਉੱਥੇ ਸੂਚਨਾ ਤੇਜ਼ੀ ਦੇ ਨਾਲ ਫੈਲ ਜਾਂਦੀ ਹੈ। ਜਿਵੇਂ ਕਿ ਪੰਜਾਬ ਦੇ ਵਿੱਚ ਗੋਲਡੀ ਬਰਾੜ ਨੂੰ ਲੈ ਕੇ ਸੂਚਨਾ ਬੜੀ ਤੇਜ਼ੀ ਦੇ ਨਾਲ ਫੈਲੀ ਸੀ, ਪਰ ਹੁਣ ਅਮਰੀਕਾ ਪੁਲਿਸ ਨੇ ਇਸ ਦੇ ਬਾਰੇ ਦਾਅਵਾ ਕੀਤਾ ਕਿ ਉਹ ਗੋਲਡੀ ਬਰਾੜ ਨਹੀਂ ਸੀ, ਯਾਨੀ ਕਿ ਕਹਿਣ ਦਾ ਭਾਵ ਗੋਲਡੀ ਬਰਾੜ ਹਾਲੇ ਜਿੰਦਾ। ਹਾਲਾਂਕਿ ਇਸ ਦੇ ਬਾਰੇ ਹਮਲਾ ਜਿਹੜਾ ਹੋਇਆ ਉਸ ਦੇ ਵਿੱਚ ਸ਼ਿਕਾਰ ਹੋਏ ਵਿਅਕਤੀਆਂ ਦੀ ਪਛਾਣ ਨੂੰ ਨਸ਼ਰ ਨਹੀਂ ਕੀਤਾ ਗਿਆ। ਗੋਲਡੀ ਬਰਾੜ ਦੇ ਕਤਲ ਸੰਬੰਧੀ ਲੈਫਟੀਨੈਂਟ ਵਿਲੀਅਮ ਜੇ ਡੂਲੇ ਨੇ ਇੱਕ ਸਵਾਲ ਦੇ ਜਵਾਬ ਵਿੱਚ ਇੱਕ ਈਮੇਲ ਬਿਆਨ ਵਿੱਚ ਕਿਹਾ ਹੈ ਕਿ ਜੇਕਰ ਤੁਸੀਂ ਆਨਲਾਈਨ ਚੈਟ ਕਰਕੇ ਇਹ ਦਾਅਵਾ ਕਰਦੇ ਹੋ ਤਾਂ ਉਹ ਗਲਤ ਹੈ। ਅਮਰੀਕੀ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਮੁੱਖ ਸ਼ੱਕੀ ਗੋਲਡੀ ਬਰਾੜ ਦੀਆਂ ਖਬਰਾਂ ਨੂੰ ਝੂਠਾ ਕਰਾਰ ਦੇ ਦਿੱਤਾ। ਇਸ ਤੋਂ ਪਹਿਲਾਂ ਅਮਰੀਕੀ ਨਿਊਜ਼ ਚੈਨਲਾਂ ਦੇ ਹਵਾਲੇ ਨਾਲ ਹੀ ਇੱਕ ਭਾਰਤੀ ਨਿਊਜ਼ ਵੈਬਸਾਈਟ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਰਾੜ ਤੇ ਮੰਗਲਵਾਰ ਸ਼ਾਮ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਫੇਅਰਮੌਂਟ ਤੇ ਹੋਲਟ ਐਵਨਿਊ ਵਿੱਚ ਹਮਲਾ ਕੀਤਾ ਗਿਆ ਸੀ। ਹਾਲਾਂਕਿ ਕੈਲੀਫੋਰਨੀਆ ਦੇ ਫਰੀਜ਼ਨੋ ਪੁਲਿਸ ਵਿਭਾਗ ਨੇ ਬੁੱਧਵਾਰ ਨੂੰ ਇਹਨਾਂ ਖਬਰਾਂ ਦਾ ਖੰਡਨ ਕੀਤਾ। ਦੱਸ ਦਈਏ ਕਿ ਗੋਲਡੀ ਬਰਾੜ ਨੂੰ ਭਾਰਤ ਦੇ ਗ੍ਰਹਿ ਵਿਭਾਗ ਦੇ ਅੱਤਵਾਦੀ ਵੀ ਕੋਸ਼ਿਸ਼ ਕੀਤਾ ਹੋਇਆ, ਉਹ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਦੇ ਵਿੱਚ ਲੁਕਿਆ ਹੋਇਆ। ਗੋਲਡੀ ਬਰਾੜ ਦੇ ਕਤਲ ਸੰਬੰਧੀ ਲੈਫਟੀਨੈਂਟ ਵਿਲੀਅਮ ਜੇ ਡੂਲੋ ਦੇ ਇੱਕ ਸਵਾਲ ਦੇ ਜਵਾਬ ਵਿੱਚ ਈਮੇਲ ਵਿੱਚ ਬਿਆਨ ਕੀਤਾ ਕਿ ਜੇਕਰ ਤੁਸੀਂ ਆਨਲਾਈਨ ਚੈਟ ਕਰਕੇ ਦਾਅਵਾ ਕਰ ਰਹੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ ਗੋਲਡੀ ਬਰਾੜ ਹੈ ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਬਿਲਕੁਲ ਸੱਚ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਅਤੇ ਆਨਲਾਈਨ ਨਿਊਜ਼ ਏਜੰਸੀਆਂ 'ਤੇ ਫੈਲਾਈ ਜਾ ਰਹੀ ਜਿਹੜੀ ਵੀ ਜਾਣਕਾਰੀ ਹੈ
ਉਹ ਅੱਜ ਸਵੇਰ ਤੋਂ ਹੀ ਸਾਨੂੰ ਦੁਨੀਆ ਭਰ ਤੋਂ ਪੁੱਛਗਿੱਛ ਦੀਆਂ ਕਾਲਾਂ ਆ ਰਹੀਆਂ ਨੇ। ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਅਫਵਾਹ ਕਿਸ ਨੇ ਫੈਲਾਈ ਹੈ, ਪਰ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ, ਪਰ ਇਹ ਸੱਚ ਨਹੀਂ ਹੈ। ਇਹ ਫਰੀਜ਼ਨੋ ਪੁਲਿਸ ਵਿਭਾਗ ਨੇ ਦਾਅਵਾ ਕੀਤਾ ਕਿ ਇਹ ਬਿਲਕੁਲ ਸੱਚ ਨਹੀਂ ਹੈ, ਕਿਉਂਕਿ ਪੁਲਿਸ ਦੇ ਕੋਲ ਸਾਰਾ ਰਿਕਾਰਡ ਹੁੰਦਾ ਹੈ ਸੰਬੰਧਿਤ ਏਰੀਏ ਦਾ, ਕਿ ਜੁਰਿਡਿਕਸ਼ਨ ਕਿਸ ਦੀ ਪੈਂਦੀ ਹੈ। ਉਸ ਨਾਲ ਸੰਬੰਧਿਤ ਪੁਲਿਸ ਅਧਿਕਾਰੀਆਂ ਨੇ ਹੁਣ ਦਾਅਵਾ ਕੀਤਾ ਕਿ ਇਹ ਖਬਰ ਝੂਠੀ ਹੈ ਜਿਸ ਵੱਲੋਂ ਵੀ ਫੈਲਾਈ ਗਈ। ਪਰ ਜਿਹੜੇ ਪੰਜਾਬੀ ਚੈਨਲਾਂ ਦੇ ਉੱਤੇ ਜਾਂ ਪੰਜਾਬੀ ਵੈਬਸਾਈਟ ਦੇ ਉੱਤੇ ਵੀ ਖਬਰ ਪ੍ਰਕਾਸ਼ਿਤ ਹੋਈ ਅਤੇ ਉਸ ਦੇ ਵਿੱਚ ਇੱਕ ਹਵਾਲਾ ਦਿੱਤਾ ਗਿਆ ਅਮਰੀਕੀ ਨਿਊਜ਼ ਏਜੰਸੀ ਦਾ, ਤਾਂ ਫਿਰ ਜਿਸ ਨੇ ਫੈਲਾਈ ਕਿ ਅਮਰੀਕਾ ਦੇ ਕਾਨੂੰਨ ਮੁਤਾਬਕ ਇਸ ਤਰ੍ਹਾਂ ਦੀ ਖਬਰ ਫੈਲਾਉਣ ਵਾਲੇ ਦੇ ਉੱਤੇ ਵੀ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਇਹ ਤਾਂ ਅਮਰੀਕਾ ਦੇ ਦੀ ਸਰਕਾਰ ਨੇ ਜਾਂ ਉੱਥੋਂ ਦੇ ਪੁਲਿਸ ਵਿਭਾਗ ਨੇ ਤੈਅ ਕਰਨਾ। ਪਰ ਇਸ ਤੋਂ ਪਹਿਲਾਂ ਇਸ ਗੱਲ ਦੀ ਚਰਚਾ ਛਿੜ ਗਈ ਸੀ ਕਿ ਜਿਹੜਾ ਗੋਲਡੀ ਬਰਾੜ ਹੈ, ਤਾਂ ਬਹੁਤ ਸਾਰੇ ਲੋਕ ਜਿਹੜੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਸੀ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਵੀ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਚਲੋ ਦੇਰੀ ਨਾਲ ਸਹੀ, ਪਰ ਜਿਸ ਢੰਗ ਦੇ ਨਾਲ ਇਹ ਇਨਸਾਫ ਉਹਨਾਂ ਨੇ ਜਿਹੜਾ ਕੀ ਆ ਮੰਨਣ ਦੀ ਗੱਲ ਆਖ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ। ਪਰ ਜਿਹੜਾ ਗੋਲਡੀ ਬਰਾੜ ਨਹੀਂ, ਉਹ ਮਰਨ ਵਾਲਾ ਅਫਰੀਕਨ ਨਿਕਲਿਆ ਔਰ ਉੱਥੋਂ ਦਾ ਕਾਲਾ ਦੱਸਿਆ ਜਾਂਦਾ। ਔਰ ਇਸ ਮਸਲੇ ਦੇ ਵਿੱਚ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ, ਫਰੀਜ਼ਨੋ ਕੈਲੀਫੋਰਨੀਆ 'ਚ ਕਤਲ 'ਚ ਮਾਰਨ ਵਾਲੇ ਦੀ ਜਿਹੜੀ ਪਛਾਣ ਇੱਕ ਵੈਬਸਾਈਟ ਨੇ ਦੱਸੀ ਹੈ, ਜਿਹੜੀ ਹਾਲਾਂਕਿ ਅਮਰੀਕਾ ਪੁਲਿਸ ਨੇ ਉਸ ਵਕਤ ਜਾਣਕਾਰੀ ਨਹੀਂ ਦਿੱਤੀ। ਇੱਕ ਵੈਬਸਾਈਟ ਇਹ ਦੱਸਦੀ ਹੈ ਕਿ 37 ਸਾਲਾ ਜਿਹੜਾ ਜ਼ੇਵੀਅਰ ਗਲੇਡਨੀ ਸੀ ਦੇ ਤੌਰ 'ਤੇ ਕੀਤੀ ਗਈ ਹੈ, ਜਦਕਿ ਭਾਰਤੀ ਮੀਡੀਆ ਇਸ ਵਿੱਚ ਗੋਲਡੀ ਬਰਾੜ ਦੇ ਮਾਰੇ ਜਾਣ ਦਾ ਦਾਅਵਾ ਕਰ ਰਿਹਾ ਸੀ, ਜੋ ਕਿ ਬਿਲਕੁਲ ਗਲਤ ਹੈ। ਔਰ ਪੁਲਿਸ ਨੇ ਹੀ ਮਰਨ ਵਾਲੇ ਦੀ ਸ਼ਨਾਖਤ ਜ਼ੇਵੀਅਰ ਗਲੇਡਨੀਅਨ ਦੇ ਵਜੋਂ ਕੀਤੀ ਹੈ, ਪਰ ਹਾਲੇ ਤੱਕ ਅਧਿਕਾਰਤ ਐਲਾਨ ਇਸ ਬਾਰੇ ਨਹੀਂ ਕੀਤਾ ਗਿਆ ਕਿ ਉਹ ਬੰਦਾ ਕੌਣ ਹੈ ਔਰ ਕਿੱਥੋਂ ਦਾ। ਔਰ ਇਸ ਤਰੀਕੇ ਦੇ ਨਾਲ ਹੀ ਜਿਹੜਾ ਅਮਰੀਕਾ ਦੀ ਪੁਲਿਸ ਨੇ, ਖਾਸ ਕਰਕੇ ਫਰੀਜ਼ਨੋ ਪੁਲਿਸ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਿਲਕੁਲ ਵੀ ਸੱਚ ਨਹੀਂ ਹੈ। ਹਾਲਾਂਕਿ ਗੋਲਡੀ ਬਰਾੜ ਦੇ ਜਦੋਂ ਉਸਨੂੰ ਡਿਟੇਨ ਕਰਕੇ ਲਿਆਂਦਾ ਜਾਵੇਗਾ ਤਾਂ ਹੋ ਸਕਦਾ ਕਿ ਇੱਕ ਸਪਲੀਮੈਂਟਰੀ ਚਲਾਨ ਆ ਜਿਹੜਾ ਸਿੱਧੂ ਮੂਸੇਵਾਲੇ ਕਾਂਡ ਦੇ ਵਿੱਚ ਵੀ ਆ ਜਿਹੜਾ ਉਹ ਪੇਸ਼ ਕੀਤਾ ਜਾਵੇ। ਪਰ ਇਸ ਤੋਂ ਪਹਿਲਾਂ ਬਾਕੀ ਜਿਹੜੇ ਮੁਲਜ਼ਮ ਨੇ ਜਿਹੜੇ ਕਿ ਹਿਰਾਸਤ ਦੇ ਵਿੱਚ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ, ਇਸ ਦੇ ਵਿੱਚ ਲੋਰੈਂਸ ਬਿਸ਼ਨੋਈ ਸਮੇਤ 27 ਮੁਲਜ਼ਮਾਂ 'ਤੇ ਦੋਸ਼ ਆ ਜਿਹੜੇ ਉਹ ਆਇਦ ਕੀਤੇ ਗਏ ਨੇ। 20 ਮਈ ਤੋਂ ਹੁਣ ਗਵਾਹੀਆਂ ਵੀ ਸ਼ੁਰੂ ਹੋ ਜਾਣਗੀਆਂ। ਪਰਿਵਾਰ ਲਈ ਸਕੂਨ ਦਾ ਦਿਨ ਆਇਆ ਬਲਕੌਰ ਸਿੰਘ ਨੇ ਕਿਹਾ, ਹਾਲਾਂਕਿ ਉਹਨਾਂ ਦੇ ਚੋਣ ਲੜਨ ਦੀ ਵੀ ਜਿਹੜੀ ਚਰਚਾ ਸੀ, ਬਾਅਦ ਵਿੱਚ ਕਾਂਗਰਸ ਪਾਰਟੀ ਉਹਨਾਂ ਦੇ ਘਰ ਜਾਂਦੀ ਹੈ, ਉਹਨਾਂ ਨੂੰ ਮਨਾ ਲਿਆ ਜਾਂਦਾ ਕਿ ਉਹ ਚੋਣ ਨਾ ਲੜਨ। ਔਰ ਇਸ ਪੇਸ਼ੀ ਦੇ ਮੌਕੇ ਕੱਲ੍ਹ ਜਦੋਂ ਮਰਹੂਮ ਗਾਇਕ ਦੇ ਜਿਹੜੇ ਪਿਤਾ ਬਲਕੌਰ ਸਿੰਘ ਨੇ, ਉਹਨਾਂ ਨੇ ਪੱਤਰਕਾਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਪਰਿਵਾਰ ਲਈ ਸਕੂਨ ਵਾਲਾ ਹੈ। ਉਹਨਾਂ ਕਿਹਾ ਕਿ 24 ਮਹੀਨਿਆਂ ਬਾਅਦ ਦੋਸ਼ ਆਇਦ ਹੋਣ ਦੀ ਰਾਹਤ ਵਾਲੀ ਗੱਲ ਸਾਹਮਣੇ ਆਈ ਹੈ। ਬਲਕੌਰ ਸਿੰਘ ਨੇ ਮੁੜ ਦੁਹਰਾਇਆ ਕਿ ਪੁੱਤਰ ਦੀ ਹੱਤਿਆ ਮਾਮਲੇ 'ਚ ਇਨਸਾਫ ਮਿਲਣ ਤੱਕ ਉਹ ਲੜਾਈ ਲੜਦੇ ਰਹਿਣਗੇ। ਹਾਲਾਂਕਿ ਦੋਸ਼ ਆ ਜਿਹੜੇ 27 ਮੁਲਜ਼ਮਾਂ 'ਤੇ ਲੋਰੈਂਸ ਬਿਸ਼ਨੋਈ ਤਹਿਤ ਹੈ, ਜਿਹੜੇ ਦੇ ਸਣੇ ਜਿਹੜੇ ਆਇਦ ਹੋ ਚੁੱਕੇ ਨੇ, ਲੱਗ ਚੁੱਕੇ ਨੇ, ਸਾਬਤ ਹੋ ਚੁੱਕੇ ਨੇ, ਅਤੇ 20 ਮਈ ਤੋਂ ਹੁਣ ਗਵਾਹੀਆਂ ਸ਼ੁਰੂ ਹੋਣਗੀਆਂ। ਔਰ ਬਲਕੌਰ ਸਿੰਘ ਨੇ, ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਪਰਿਵਾਰਕ ਜੀਆਂ ਨੇ ਇਹ ਗੱਲ ਦੀ ਹੁਣ ਤਸੱਲੀ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਘੱਟੋ ਘੱਟ ਸਹੀ ਚਾਹੇ 24 ਮਹੀਨਿਆਂ ਬਾਅਦ ਕਿਤੇ ਨਾ ਕਿਤੇ ਗੱਲ ਧਣ ਪੱਤਨ ਲੱਗਣ ਲੱਗੀ ਹੈ। ਪਰ ਜਿੱਥੋਂ ਤੱਕ ਰਹੀ ਗੱਲ ਗੋਲਡੀ ਬਰਾੜ ਦੀ, ਜਿਸ ਨੂੰ ਪੁਲਿਸ ਦੇ ਮੁਤਾਬਕ ਵੀ ਇਸ ਕੇਸ ਦਾ ਮਾਸਟਰ ਮਾਇੰਡ ਦੱਸਿਆ ਜਾਂਦਾ ਹੈ, ਸਵਾਲ ਉੱਥੇ ਦਾ ਉੱਥੇ ਖੜਾ ਹੈ ਕਿ ਜੇਕਰ ਉਹ ਨਹੀਂ ਮਰਿਆ ਤਾਂ ਫਿਰ ਉਸਨੂੰ ਵਾਪਸ ਕਦੋਂ ਲਿਆਂਦਾ ਜਾਵੇਗਾ ਇੰਡੀਆ ਦੇ ਵਿੱਚ। ਇਸ ਸੰਬੰਧੀ ਭਾਰਤ ਸਰਕਾਰ, ਗ੍ਰਹਿ ਮਹਿਕਮੇ ਨੇ, ਕੇਂਦਰੀ ਗ੍ਰਹਿ ਮਹਿਕਮੇ ਨੇ ਦੇਖਣਾ ਹੈ ਕਿ ਇਸ ਸੰਬੰਧੀ ਕਾਰਵਾਈ ਨੂੰ ਕਿਵੇਂ ਅੱਗੇ ਤੋਰਿਆ ਜਾਂਦਾ ਹੈ। ਪਰ ਇਸ ਸੰਬੰਧੀ ਪੁਲਿਸ ਦੇ ਉੱਤੇ, ਪੰਜਾਬ ਸਰਕਾਰ ਦੇ ਉੱਤੇ ਵੀ ਕਾਫੀ ਵੱਡੇ ਸਵਾਲ ਖੜ੍ਹੇ ਹੁੰਦੇ ਰਹੇ ਨੇ, ਕਿਉਂਕਿ ਦਾਅਵਿਆਂ ਦੇ ਵਿੱਚ ਕੁਝ ਗੱਲਾਂ ਹੋਰ ਹੁੰਦੀਆਂ ਸੀ, ਅਮਲੀ ਰੂਪ ਦੇ ਵਿੱਚ ਕੁਝ ਹੋਰ ਹੋਈਆਂ। ਹਾਲਾਂਕਿ ਸਰਕਾਰ ਦੇ ਕੁਝ ਨੁਮਾਇੰਦਿਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਬਹੁਤ ਸਾਰੇ ਮੁਲਜ਼ਮ ਸਲਾਖਾਂ ਪਿੱਛੇ ਨੇ, ਜਿਹੜੇ 2-3 ਮੁਲਜ਼ਮ ਵਿਦੇਸ਼ ਦੇ ਵਿੱਚ ਸ਼ਰਨ ਲੈ ਕੇ ਲੁਕੇ ਹੋਏ ਨੇ ਉਹਨਾਂ ਨੂੰ ਵੀ ਜਲਦੀ ਲਿਆਂਦਾ ਜਾਵੇਗਾ। ਪਰ ਜਿਹੜੇ ਮੁਲਜ਼ਮ ਕਾਬੂ ਕੀਤੇ ਗਏ, ਜਿਨ੍ਹਾਂ ਵਿੱਚੋਂ 2 ਦਾ ਤਾਂ ਐਨਕਾਊਂਟਰ ਵੀ ਕਰ ਦਿੱਤਾ ਗਿਆ ਸੀ ਅਤੇ 2 ਜੇਲ੍ਹ ਝੜਪ ਦੇ ਵਿੱਚ ਹੀ ਮਾਰੇ ਗਏ,
ਇਸ ਢੰਗ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਰੀਆਂ ਗੱਲਾਂ ਨੇ ਜਿਹੜੀਆਂ ਪ੍ਰਾਪਤੀਆਂ ਗਣਾਉਣੀਆਂ ਸਰਕਾਰ ਦੇ ਨੁਮਾਇੰਦਿਆਂ ਨੇ ਸ਼ੁਰੂ ਕਰ ਦਿੰਦੀਆਂ ਨੇ ਕਰ ਦਿੰਦੇ ਨੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਪਰਿਵਾਰ ਦਾ ਗਲਾ ਸ਼ਿਕਵਾਇਆ ਰਹਿੰਦਾ ਹੈ ਕਿ ਨਾ ਤਾਂ ਉਹਨਾਂ ਨੂੰ ਕੋਈ ਮੁੱਖ ਮੰਤਰੀ ਤਸੱਲੀ ਦੇਣ ਲਈ ਮਿਲਦਾ ਹੈ ਅਤੇ ਨਾ ਹੀ ਕਿਸੇ ਮੰਤਰੀ ਨੇ। ਹਾਲਾਂਕਿ ਜਦੋਂ ਇੱਕ ਵਾਰਾਂ ਵਿਧਾਨ ਸਭਾ ਦੇ ਬਾਹਰ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਜਿਸ ਦੇ ਨਾਲ ਕਾਂਗਰਸ ਦੇ ਕਈ ਲੀਡਰ ਵੀ ਬੈਠ ਗਏ ਸਨ, ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਵੀ, ਤਾਂ ਉਦੋਂ ਵੀ ਇਹ ਗੱਲ ਆਖੀ ਗਈ। ਉਦੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤਸੱਲੀ ਦੇਣ ਲਈ ਆਏ ਸੀ, ਪਰ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਨਾ ਤਾਂ ਉਸ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਇੱਥੇ ਆਏ ਅਤੇ ਨਾ ਹੀ ਉਹਨਾਂ ਦਾ ਸਰਕਾਰ ਦਾ ਕੋਈ ਹੋਰ ਵਿਅਕਤੀ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਧਰਵਾਸਾ ਦੇ ਸਕੇ। ਤਾਂ ਇਹ ਸਾਰੀਆਂ ਗੱਲਾਂ ਨਾਲੋਂ ਨਾਲ ਚੱਲਦੀਆਂ ਰਹਿੰਦੀਆਂ ਨੇ, ਪਰ ਜਿੱਥੋਂ ਤੱਕ ਰਹੀ ਗੱਲ ਗੋਲਡੀ ਬਰਾੜ ਦੀ, ਤਾਂ ਉਸਦੇ ਲਈ ਅਮਰੀਕਨ ਪੁਲਿਸ ਆ ਜਿਹੜੀ ਉਸਨੇ ਦਾਅਵਾ ਕੀਤਾ ਕਿ ਜਿਹੜੀਆਂ ਖਬਰਾਂ ਛਪੀਆਂ ਉਹ ਗਲਤ ਨੇ ਔਰ ਜਿਹੜੀ ਗੋਲਡੀ ਬਰਾੜ ਦੀ ਹੱਤਿਆ ਨਹੀਂ ਹੋਈ, ਇਸ ਦੇ ਬਾਰੇ ਉਸਦਾ ਕਤਲ ਨਹੀਂ ਹੋਇਆ, ਔਰ ਜਿਸ ਦਾ ਕਤਲ ਹੋਇਆ ਉੱਥੋਂ ਅਫਰੀਕਨ ਸੀ ਕੋਈ, ਤਾਂ ਉਸਦਾ ਕਤਲ ਹੋਇਆ। ਇਸ ਸੰਬੰਧੀ ਜਾਣਕਾਰੀ ਜੋ ਸਾਡੇ ਤੱਕ ਪੁੱਜੀ ਹੈ ਉਸ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ। ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ।